ਅਨਮੋਲ ਦੀਪ ਸਿੰਘ ਇਸ ਵੇਲੇ ਮੇਰੇ ਨਾਲ, ਇਹਨਾਂ ਦਾ ਵੀ ਵੀਜ਼ਾ ਆ ਗਿਆ ਜੀ, ਤੁਹਾਡਾ ਹੀ ਹੈ ਪਾਸਪੋਰਟ? ਯੈਸ ਮੈਮ। ਮੁਬਾਰਕਾਂ ਬਹੁਤ ਧੰਨਵਾਦ ਜੀ, ਬਹੁਤ ਮੁਬਾਰਕਾਂ। ਕਦੋਂ ਪਤਾ ਲੱਗਿਆ ਅਨਮੋਲ ਨੂੰ ਕਿ ਵੀਜ਼ਾ ਆ ਗਿਆ? ਹਾਂਜੀ, ਮੇਲ ਆਈ ਸੀ ਮੈਡਮ ਮੈਨੂੰ, ਅਤੇ ਬਾਅਦ ਚੋਂ ਫੋਨ ਵੀ ਆ ਗਿਆ ਸੀ ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ ਕਿ ਤੁਹਾਡਾ ਪਾਸਪੋਰਟ ਡਨ ਹੋ ਚੁੱਕਿਆ ਹੈ। ਅਤੇ ਅਪਲਾਈ ਕਦੋਂ ਕੀਤਾ ਸੀਗਾ? ਅਪਲਾਈ ਮੈਡਮ ਮੈਂ ਕਰਿਆ ਸੀਗਾ ਜੁਲਾਈ ਵਿੱਚ ਕਰਿਆ ਸੀ ਮੈਂ ਵੀ, ਅਤੇ ਮਹੀਨੇ ਕੁ ਬਾਅਦ ਹੀ ਰਿਜ਼ਲਟ ਆ ਗਿਆ ਸੀ ਮੇਰੇ। ਮਹੀਨੇ ਬਾਅਦ ਹੀ ਪਤਾ ਲੱਗ ਗਿਆ? ਹਾਂਜੀ। ਸੋਚਿਆ ਸੀ ਇੰਨੀ ਜਲਦੀ ਆ ਜਾਂਦੇ? ਨਹੀਂ ਮੈਡਮ, ਸੋਚਿਆ ਨਹੀਂ ਸੀ। ਕੀਤਾ ਕੀ ਹੋਇਆ ਅਨਮੋਲ ਦੀਪ ਨੇ? ਮੈਂ ਪਲੱਸ ਟੂ ਕਰੀ ਮੈਡਮ। ਕਿਹੜੇ ਸਾਲ? 2017 ਵਿੱਚ। 17 ਵਿੱਚ ਕਿੰਨੇ ਪਰਸੈਂਟ ਆ ਗਏ ਸੀ? 63% ਸੀ। 63%। ਸਬਜੈਕਟ ਕੀ ਸੀਗੇ? ਆਰਟਸ ਮੈਡਮ। ਆਰਟਸ ਸਟੂਡੈਂਟ ਹੋ ਤੇ ਹੁਣ ਕਿਹੜੇ ਅੱਗੇ ਸਟੱਡੀ ਵਾਸਤੇ ਚੱਲੇ ਹੋ? ਮੈਂ ਨਾਇਗਰਾ ਕਾਲਜ ਵਿੱਚ ਚੱਲਿਆ ਮੈਡਮ, ਹਸਪੀਟੈਲਿਟੀ ਦੇ ਕੋਰਸ ਵਿੱਚ। ਕਿੰਨੇ ਸਾਲ ਦਾ ਕੋਰਸ? 2 ਇਅਰ ਦਾ ਸਾਲ। ਯੈਸ ਮੈਮ। ਖੈਰ ਬਹੁਤ ਵਧੀਆ ਲੱਗਿਆ ਅਨਮੋਲਦੀਪ। ਅਨਮੋਲ ਕਿੱਥੋਂ ਬਿਲੋਂਗ ਕਰਦੇ ਹੋ? ਮੈਡਮ ਮੈਂ ਰਾਏਕੋਟ ਤੋਂ ਬਿਲੋਂਗ ਕਰਦਾ, ਲੁਧਿਆਣਾ ਤੋਂ। ਲੁਧਿਆਣਾ। ਲੁਧਿਆਣਾ ਆਫਿਸ ਗਏ ਸੀਗੇ? ਨੋ ਮੈਮ, ਮੈਂ ਸਿੱਧਾ ਚੰਡੀਗੜ੍ਹ ਆਇਆ। ਅੱਛਾ, ਸਿੱਧਾ ਚੰਡੀਗੜ੍ਹ ਆਇਆ ਵੀ? ਮੈਂ ਚੰਡੀਗੜ੍ਹ ਹੀ ਜਾਣਾ, ਹੋਰ ਨਹੀਂ ਕਿਤੇ ਜਾਣਾ। ਹਾਂਜੀ ਹਾਂਜੀ। ਅਤੇ ਲੈਂਡਮਾਰਕ ਨੂੰ ਕਿਉਂ ਚੂਜ਼ ਕੀਤਾ? ਮੈਡਮ ਸਾਡੇ ਆਲਰੇਡੀ ਪਿੰਡ ਵਿੱਚੋਂ 4-5 ਰਨ ਹੋ ਚੁੱਕੇ ਸੀ ਕੇਸ ਇਹਦੇ ਲਈ, ਅਤੇ ਤਾਂ ਕਰਕੇ ਇਹਦਾ ਐਕਸਪੀਰੀਅੰਸ ਵਧੀਆ ਰਿਹਾ, ਤਾਂ ਕਰਕੇ ਆ ਗਿਆ। ਸੋ ਬਹੁਤ ਜ਼ਿਆਦਾ ਰੈਫਰੈਂਸ ਸੀ ਟੂ ਲੈਂਡਮਾਰਕ ਇਮੀਗ੍ਰੇਸ਼ਨ। ਜਿੰਨੇ ਵੀ ਸਾਡੇ ਸਟੂਡੈਂਟ ਜਾਂਦੇ ਨੇ, ਇਹ ਉਹਨਾਂ ਦਾ ਐਕਸਪੀਰੀਅੰਸ ਹੈਗਾ ਜੋ ਕਿ ਉਹ ਅੱਗੇ ਸ਼ੇਅਰ ਕਰਦੇ ਨੇ, ਅਤੇ ਇਹ ਸਾਡੀ ਵੀ ਕੋਸ਼ਿਸ਼ ਰਹਿੰਦੀ ਹੈ ਜੀ, ਜਿੰਨੇ ਵੀ ਸਾਡੇ ਸਟੂਡੈਂਟਸ ਇੱਥੋਂ ਵੀਜ਼ਾ ਲਗਵਾਉਂਦੇ ਨੇ, ਉਹਨਾਂ ਦਾ ਐਕਸਪੀਰੀਅੰਸ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ। ਸੋ ਅੱਜ ਦਾ ਸਾਡੇ ਇਸ ਸ਼ੋਅ ਦੇ ਵਿੱਚ ਜੀ ਸਾਡੇ ਨਾਲ ਜੁੜੇ ਨੇ ਅਨਮੋਲਦੀਪ ਸਿੰਘ ਵੀ, ਇਹਨਾਂ ਨੇ ਵੀ ਵੀਜ਼ਾ ਅਪਲਾਈ ਕੀਤਾ ਸੀ ਫਰੋਮ ਲੈਂਡਮਾਰਕ ਇਮੀਗ੍ਰੇਸ਼ਨ, ਐਂਡ ਸਕਸੈਸਫੁਲੀ ਇਹਨਾਂ ਦਾ ਵੀਜ਼ਾ ਆਇਆ ਜੀ ਨਾਇਗਰਾ ਕਾਲਜ ਦੇ ਵਿੱਚ। ਸੋ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ, ਗੁੱਡ ਲੱਕ ਫੋਰ ਯੋਰ ਫਿਊਚਰ ਅਨਮੋਲ, ਅਤੇ ਆ ਤੁਹਾਡੇ ਵਾਸਤੇ ਜੀ ਫਰੋਮ ਲੈਂਡਮਾਰਕ ਇਮੀਗ੍ਰੇਸ਼ਨ।